ਹਾਏ ਅਸਲਾਮ ਅਲੈਕਮ ਮੈਡਮ ਤੇਰਾ ਕੀ ਹਾਲ ਏ ਠੀਕ ਏ ਅੱਛਾ ਯਾਰ ਗੱਲ ਕੁਝ ਇਸ ਤਰ੍ਹਾਂ ਅਸਲਾਮ ਅਲੈਕਮ ਆ ਕੀ ਹਾਲ ਚਾਲੇ ਠੀਕ ਤੇ ਉਮੀਦ ਕਰਦੇ ਤੁਸੀਂ ਠੀਕ ਠਾਕ ਹੋ ਤੇ ਅੱਲਾ ਦਾ ਸ਼ੁਕਰ ਹੈ ਅੱਲਾ ਦਾ ਫਜ਼ਲ ਹੈ ਵਿਊ ਚੈੱਕ ਕਰੋ ਆਏ ਆਏ ਪਿੰਡ ਆਇਆ ਵਾਂ ਕੱਲ ਪਰਸੋਂ ਦਾ ਪਿੰਡ ਕਿਹੜਾ ਏ ਨਾਰਾਵਾਲ ਦੇ ਕਰੀਬ ਏ ਡੱਡੀਆਂ ਪਿੰਡ ਨਹੀਂ ਨਹੀਂ ਇਹ ਡੱਡੀਆਂ ਹੁੰਦੀਆਂ ਹਨ ਕਦੀ ਹੁੰਦੀਆਂ ਕਿ ਨਹੀਂ ਹੁੰਦੀਆਂ ਪਿੰਡ ਦਾ ਨਾਮ ਹੈ ਗਿਆ ਹੀ ਡੰਡੀਆਂ ਅੱਛਾ ਜੰਗਲ ਚੈੱਕ ਕਰੋ ਥੋੜਾ ਜ਼ੂਮ ਕਰਾਂ ਆਹੋ ਹੁਣ ਗੱਲ ਸੁਣੋ ਗੱਲ ਕੁਝ ਇਸ ਤਰ੍ਹਾਂ ਹੈ ਇਹ ਬਹੁਤ ਵੱਡਾ ਕਦੀ ਜੰਗਲ ਹੁੰਦਾ ਹੈ ਬੜੀ ਵਸੀयत ਤਾਦਾਦ ਨਾਲ ਠੀਕ ਇੱਥੇ ਬਹੁਤ ਜ਼ਿਆਦਾ ਆਪਣਾ ਰੰਗ ਪਰੰਗੇ ਤੇ ਰਹਾ ਤਾਂ ਹੁਣ ਤੇ ਮੈਂ ਹੁਣ ਆਇਆ ਇੱਕ ਦਰਬਾਰ شریف ਇੱਥੇ ਹੁਣ ਮੈਂ ਤੁਹਾਨੂੰ ਉਹ ਵੀ ਵਿਖਾਵਾਂ ਉਹ ਸਾਹਮਣੇ ਨਜ਼ਰ ਆ ਰਿਹਾ ਮੋਟਰਸਾਈਕਲ ਵੀ ਮੇਰੀ ਉਹ ਖਲੋਤੀ ਹੈ ਤੇ ਮੈਂ ਕਿਹਾ ਚੱਲ ਦੂਰ ਜਾ ਕੇ ਨਾ ਜ਼ਰਾ ਤੁਹਾਡੇ ਨਾਲ ਥੋੜੀ ਜੀ ਗੱਪਸ਼ਪ ਲਾਵਾਂ ਤੇ ਮੈਂ ਨਾ ਇੱਧਰ ਆਇਆ ਮੈਂ ਤਾਂ ਮੈਂ ਕਿਹਾ ਚੱਲ ਵੀਡੀਓ ਸ਼ੀਟਿਓ ਬਣਾਉਣਾ ਤੁਹਾਡੇ ਨਾਲ ਤੇ ਗੱਲ ਕੁਝ ਇਸ ਤਰ੍ਹਾਂ ਹੈ ਆਹ ਮੈਂ ਉਹ ਪਿੰਡ ਖੱਜਲੋਂ ਆ ਨਜ਼ਾਰੇ ਚੈੱਕ ਕਰੋ ਤੁਸੀਂ ਮੌਸਮ ਵੀ ਮਾਸ਼ਾਅੱਲਾ ਕੁਲ ਏ ਤੇ ਮੈਂ ਆਪੀ ਬਹੁਤ ਹੌਟ ਆ ਠੀਕ ਹੈ ਤੇ ਮੌਸਮ ਕੁਲ ਤੇ ਮੈਂ ਹਾਂ ਅੱਛਾ ਤੇ ਆ ਕਨਕਾਂ ਸ਼ਕੀਆਂ ਕਨਕਾਂ ਸ਼ੰਕਾਂ ਗਈਆਂ ਨੇ ਵੱਡੀਆਂ ਦੇਖੋ ਆ ਦੇਖੋ ਕਨਕਾਂ ਗਈਆਂ ਵੱਡੀਆਂ ਤੇ ਠੀਕ ਹੈ ਅੱਗੋਂ ਹੁਣ ਤੁਹਾਨੂੰ ਪਤਾ ਹੁਣ ਕਨਕਾਰਿਓ ਵੱਡੀਆਂ ਜਾਣੀਆਂ ਤੇ ਹੁਣ ਇਹਨਾਂ ਦਾ ਬਿਜ਼ਨਸ ਟਾਲਾ ਤੇ ਸਟਾਲਾ ਮੈਂ ਇਹ ਤੁਹਾਨੂੰ ਪਤਾ ਹੈ ਦੇਸੀ ਜਾਂ ਬੰਡਾ ਵਾਂ ਨਾ ਬਹੁਤਾ ਤੁਹਾਨੂੰ ਪਤਾ ਐਵੇਂ ਤੁਹਾਡੇ ਨਾਲ ਬੋਲਣਾ ਤੁਹਾਡੀ ਜਾਨ ਵੀ ਨਹੀਂ ਬੋਤੀ ਖਾ ਸਕਦਾ ਕਿਉਂਕਿ ਤੁਹਾਡੇ ਕੋਲ ਮੈਨੂੰ ਡਰ ਵੀ ਲੱਗਦਾ ਕਿਉਂਕਿ ਤੁਸੀਂ ਐਵੇਂ ਕਹੋ ਯਾਰ ਮੈਂ ਕੀ ਚਵਲਾ ਮਾਰਦਾ ਚਵਲਾ ਨਾ ਮਾਰਿਆ ਕਰ ਇਹ ਸਹੀ ਵੀਡੀਓ ਬਣਾਓ ਅੱਛਾ ਭਾਈ ਅੱਛਾ ਗੱਲ ਵੇਖੋ ਇੰਜ ਪਿੰਡ ਆਇਆ ਮੈਨੂੰ ਦੂਸਰਾ ਦਿਨ ਹੋ ਚੁੱਕਿਆ ਠੀਕ ਹੈ ਤੇ ਮੈਂ ਪਿੰਡ ਆਇਆ ਤੇ ਅੱਜ ਮਾਸ਼ਾਅੱਲਾ ਨਾਨੇ ਦੀ ਬਹੁਤ ਜ਼ਿਆਦਾ ਤਬੀਅਤ ਖਰਾਬ ਸੀ ਨਾਨੇ ਨੂੰ ਨਾ ਇੱਥੇ ਬਰਾਲੋ ਰੱਖਦਾ ਨਾ ਹਸਪਤਾਲ ਇਹ ਆਪਣਾ ਨਾਰਵਾਲ ਬਹੁਤ ਮਸ਼ਹੂਰ ਹੈ ਤੁਸੀਂ ਸਰਚ ਕਰਿਆ ਜੇ ਸਹਾਰਾ ਠੀਕ ਹੈ ਸਹਾਰਾ ਲਿਖੋਗੇ ਤੇ ਆ ਜਾਈਏਗਾ ਉਹਦਾ ਸਪਤਾ ਠੀਕ ਹੈ ਤੇ ਮੈਂ ਨਾ ਉੱਥੇ ਮਾਨਾਨੇ ਨੂੰ ਖੜਿਆ ਨਾਨੇ ਦੀ ਮਾਸ਼ਾਅੱਲਾ ਤਬੀਅਤ ਵਾਵਾ ਖਰਾਬ ਹੋਣ ਅੱਲਾ ਦਾ ਸ਼ੁਕਰ ਹੈ ਸਿਹਤ ਯਾਬ ਹੋ ਗਏ ਨੇ ਤੇ ਦੁਆ ਸ਼ੁਆ ਕਰਿਆ ਜੇ ਨਾਨੇ ਜੋਗੀ ਤੇ ਸਪੈਸ਼ਲਿਸਟ ਸਪੈਸ਼ਲ ਯਾਰ ਨਾਨੇ ਦਾ ਪਤਾ ਹੀ ਲੈਣ ਆਏ ਹਾਂ ਨਾਨਾ ਵਿਚਾਰਾ ਡਿੱਗ ਗਿਆ ਸੀ ਸੀੜੀ 'ਤੋਂ ਸੀੜੀ 'ਨੂੰ ਤਾਂ ਡਿੱਗਿਆ ਤੇ ਮੈਂ ਕਿਹਾ ਚ ਪਤਾ ਲਾਇਆ ਇਹ ਨਾਲ ਅੰਮੀਆਂ ਹੈ ਤੇ ਨਾਲ ਆਪਣਾ ਆਹ ਵਾਈਫਾਈ ਤੇ ਮੈਂ ਨਾ ਹੁਣ ਇੱਥੇ ਜਰਾ ਜਾ ਰਿਹਾ ਵਾਪਸੀ ਹਾਲ ਤੇ ਮੌਸਮ ਚੈੱਕ ਕਰੋ ਯਾਰ ਕਿੱਡਾ 쿨쿨 ਮੌਸਮ ਹੈ ਠੀਕ ਹੈ ਤੇ ਆਹ ਅੱਜ ਮੈਂ ਥੋੜਾ ਜਿਹਾ ਕੱਟੀਆਂ ਕਿਉਂਕਿ ਅੱਜ ਮੈਂ ਨਾ ਬਹੁਤ ਯਾਰ ਅਫਸੁਰਦਾਨੀ ਜਨਵਾਨ ਦੇ ਸਾਈਡ ਸਾਈਡ ਕਿਉਂਕਿ ਨਾਨੇ ਦੀ ਤਬੀਅਤ ਸ਼ੇਪੀਅਤ ਖਰਾਬ ਹੈ ਤੇ ਯਾਰ ਲਾਈਕ ਤੇ ਸਬਸਕ੍ਰਾਈਬ ਕਰਿਆ ਜੇ ਨਾਨੇ ਦੇ ਬਿਮਾਰ ਹੋਣ ਦੀ ਖੁਸ਼ੀ ਚ ਤੇ ਮਿਲਨੇ ਕੱਲ ਇਸੇ ਤਰ੍ਹਾਂ ਦੀ ਕੁਝ ਨਵੀਂ ਤਾਜ਼ੀ ਚਵਲ ਦੇ ਵਿੱਚ ਤੇ ਆਜ਼ਾਦ ਦੇ ਹਲਾਫੀਜ਼ ਕੱਲ ਕੀ ਹੋਣੇ ਠਹਿਰ ਕੇ ਆਨਾ ਵਾ